ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਉਹ ਕੌਮਾਂ ਹਮੇਸ਼ਾ ਬਲੰਦੀਆਂ ਨੂੰ ਤੇ ਚੜ੍ਹਦੀ ਕਲਿਆਂ ਵਿੱਚ ਰਹਿੰਦੀਆਂ ਨੇ। ਸਾਡੇ ਉਹ ਬਜ਼ੁਰਗਾਂ ਨੇ 1892 ਦੇ ਵਿੱਚ ਉਹ ਪਲੇਰ ਪਿੰਡ ਜੋ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਸੀ, ਜ਼ਿਲ੍ਹਾ ਸਿਆਲਕੋਟ ਤੋਂ ਜ਼ਿਲ੍ਹਾ ਸ਼ੇਖੂਪੁਰ ਨਨਕਾਣਾ ਸਾਹਿਬ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਜਾ ਕੇ ਔਰ ਉਹ ਬਾਬਾ ਨਾਨਕ ਦੀ ਜਿਹੜੀ ਕਿਰਤ ਸੀ ਜਿਹੜੀ ਉਹ ਜਾ ਕੇ ਕੀਤੀ ਤੇ ਮਰਬਿਆਂ ਦੇ ਮਾਲਕ ਬਣੇ ਔਰ ਸਿੱਖ ਨਿਯਮ ਨੂੰ ਪੜਾ ਕੇ ਪੂਰੇ ਇਲਾਕੇ ਦੇ ਵਿੱਚ ਸਾਡੇ ਉਹਨਾਂ ਸ਼ਹੀਦਾਂ ਨੇ ਆਪਣਾ ਨਾਂ ਪੈਦਾ ਕੀਤਾ। ਜੇ ਕੀਤਾ ਜਾਏ ਤਾਂ 3 ਘੱਲੂਘਾਰੇ ਹੋਏ ਨੇ ਸਿੱਖ ਨਿਯਮ ਦੇ ਵਿੱਚ, ਸਿੱਖਾਂ ਦੇ ਪਹਿਲਾ ਘੱਲੂਘਾਰਾ ਤੇ ਦੂਜਾ ਘੱਲੂਘਾਰਾ। ਜੇ ਤੀਜਾ ਘੱਲੂਘਾਰਾ ਕੀਤਾ ਜਾਏ ਤਾਂ ਉਹ ਭਲੇਰ ਦਾ ਹੈ, ਕਿਉਂਕਿ ਉਸ ਸਮੇਂ ਇੱਕ ਪਿੰਡ 'ਤੇ ਹੀ 400 ਸਿੱਖ ਸਿੱਖਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਉਹਨਾਂ ਦੀ ਬਦੌਲਤ ਸਾਡਾ ਜਿਹੜਾ ਹੈ ਉਸ ਸਮੇਂ ਮਾਸਟਰ ਤਾਰਾ ਸਿੰਘ ਜੋ ਅਕਾਲੀ ਦਲ ਦੇ ਨੇਤਾ ਸਨ ਉਹਨਾਂ ਨੂੰ ਪਤਾ ਲੱਗਾ ਕਿ ਭਲੇਰੀਆਂ ਨੇ ਧਰਮ ਅਤੇ ਅਣਖ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੇ ਔਰ ਇਹਨਾਂ ਨੂੰ ਇੱਕ ਇਕੱਠੇ ਥਾਂ ਜਿਹੜਾ ਵਾਰ ਕੀਤਾ ਜਾਏ। ਆ ਬਟਾਲੇ ਦੀ ਚਾਰਸਵੇਂ ਧਰਤੀ ਦੇ ਵਿੱਚ ਗੌਂਦਪੁਰਾ ਲਾ ਲਓ, ਮਲਾਵੇ ਦੀ ਕੋਠੀ, ਉਮਰਪੁਰਾ, ਗੋਦੇ ਦੀ ਖੂਈ ਔਰ ਮੜੀਆਂਵਾਲ, ਗੋਦੇ ਦੀ ਖੂਈ ਮੜੀਆਂਵਾਲ ਨਵਾਂਪਿੰਡ ਤੱਕ ਉਸ ਸਮੇਂ ਸਾਨੂੰ 100 ਮਰਬਾ ਜ਼ਮੀਨ ਜਿਹੜੀ ਸੀ ਅਲਾਟ ਹੋਈ ਸੀ ਔਰ ਇੱਥੇ ਸਾਨੂੰ ਲਗਭਗ 5000 ਮਰਬਾ ਜ਼ਮੀਨ ਹੈ ਬਟਾਲੇ 'ਚ ਸਾਨੂੰ ਅਲਾਟ ਹੋਈ ਹੈ ਸਿਰਫ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਕਾਰਨ। ਮੈਂ ਆਪਣੀ ਇਹ ਸਾਡੇ ਜਿਹੜੇ ਬਜ਼ੁਰਗ ਨੇ 77 ਸਾਲ ਤੋਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਕੇ ਅਸੀਂ ਉਹਨਾਂ ਦਾ ਦਿਨ ਮਨਾਇਆ। ਸਾਡੇ ਕੋਲ ਪਹਿਲੇ ਹੈ ਸੀ ਜਗ੍ਹਾ ਥੋੜ੍ਹੀ ਸੀ, ਆਹ 2 ਸਾਲਾਂ ਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਦੀ ਖੁੱਲ੍ਹੀ ਇਮਾਰਤ ਬਣਾਈ ਹੈ ਔਰ ਸਾਹਮਣੇ ਅਸੀਂ ਇੱਕ ਨਾਲ ਜਗ੍ਹਾ ਲੰਗਰ ਹਾਲ ਵਾਸਤੇ ਵੀ ਲੈ ਲਈਏ ਔਰ ਚੜ੍ਹਦੀ ਕਲਾ ਜਿਹੜੀ ਹੈ ਇਹ ਚੰਗੀ ਚੰਗੀ ਅਸੀਂ ਇਤਿਹਾਸਕ ਆ ਉਹਨਾਂ ਦੀ ਬਣਾਉਣੀ ਹੈ। ਔਰ ਲੇਟ ਹੋ ਗਏ ਨੇ ਸਾਡੇ ਬਹੁਤ ਹੀ ਸਤਿਕਾਰ ਜੋ ਗੁਰਿੰਦਰ ਸਿੰਘ ਜੀ ਗੋਰਾ ਪਾਜੀ ਜਿਹੜੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਡੇ ਬਜ਼ੁਰਗਾਂ ਨੂੰ ਸਮਾਂ ਸਿੱਖ ਸੱਚੀ ਇਤਿਹਾਸ ਦਾ ਬੂਟਾ ਲਾਇਆ ਸੀ, ਟੋਟਲ ਸਾਡਾ ਪੂਰਾ ਪੂਰਾ ਪਿੰਡ ਜਹੇਦਾਰ ਜੀ ਸਿੱਖ ਸਿੱਧ ਅੰਮ੍ਰਿਤਧਾਰੀ ਸੀ, ਉਹ ਤੁਸੀਂ ਜ਼ਿਲ੍ਹਾ ਹੁਣ ਕਰ ਰਹੇ ਹੋ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਪਰ ਟਾਈਮ ਤੁਸੀਂ ਲੇਟ ਆਏ ਹੋ। ਮੈਂ ਹੁਣ ਬੇਨਤੀ ਕਰਾਂਗਾ ਗੁਰਿੰਦਰ ਸਿੰਘ ਜੀ ਗੋਰਾ ਜੀ ਨੂੰ ਬਹੁਤ ਦੇਰ ਪਿੰਡ ਹਾਜ਼ਰੀ ਨੂੰ ਪੜ੍ਹਦੋ ਮੈਂ। ਇਹ ਪਰਮਿੰਦਰ ਸਿੰਘ ਜੀ ਲੰਬੜਦਾਰ ਪਹੁੰਚੇ ਨੇ, ਉਹਨਾਂ ਕੋਲ ਮਾਫ਼ੀ ਚਾਹੁੰਦੇ ਹਾਂ, ਉਹ ਕਾਫ਼ੀ ਸਮੇਂ ਤੋਂ ਬੈਠੇ ਨੇ ਸਾਡੇ ਵਿੱਚ ਔਰ ਛੋਟੇਪੁਰ ਸਾਹਿਬ ਨੇ ਉਹਨਾਂ ਨੇ ਚੰਡੀਗੜ੍ਹ ਜੇ ਕਰਕੇ ਨਹੀਂ ਪਹੁੰਚੇ, 2 ਮਿੰਟ ਬਾਅਦ ਦੀ ਹਾਜ਼ਰੀ ਜੈਦਾਰ ਪੜ੍ਹ ਗਏ। ਵਾਹਿਗੁਰੂ ਖਾਲਸਾ ਪੰਜਾਬ। ਸਤਿਗੁਰੂ ਦੀ ਦੁਨੀਆਂ ਦੇ ਮਾਲਕ ਜੁਗੋ ਜੁਗਾ ਕਾਲ ਖਾਲਸ ਪੰਥ ਦੇ ਰਾਖੇ ਨਮਾਣਿਆਂ ਦੇ ਮਾਲ ਨਤਾਣਿਆਂ ਦੇ ਤਾਨ ਦੇ ਉੱਗਿਆਂ ਦੀ ਲੋੜ ਦੱਦੀ ਦੇ ਵਿਰਾਜਮਾਨ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਿੱਠੀ ਗੋਦ ਜੁੜ ਬੈਠੀ ਗੁਰੂ ਦੀ ਸਾਡੀ ਨੂੰ ਅੱਜ ਸਤਿਕਾਰ ਜੋ ਗੁਰੂ ਰੂਪ ਸਾਹਿਬ ਸਦਾ ਰਸਨਾ ਪਵਿੱਤਰ ਕਰੀਏ ਫਤਿਹ ਵੀ ਸਾਂਝ ਪਾਈ ਉਹ ਰਸਨਾ ਵਾਝੀ ਨਾ ਰਹੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਕੌਮਾਂ ਲਈ ਕੁਝ ਕਰਕੇ ਜਾਂਦੇ, ਪਰਿਵਾਰਾਂ ਲਈ ਬਹੁਤ ਕੁਝ ਕਰਕੇ ਦੁਨੀਆ ਤੁਰ ਜਾਂਦੀ ਹੈ, ਉਹ ਪਰਿਵਾਰਾਂ ਤੱਕ ਸੀਮਤ ਰਹਿ ਜਾਂਦਾ। ਅੱਜ 77 ਸਾਲ ਬਾਅਦ ਵੀ ਅੱਜ 77ਵੀਂ ਯਾਦਗਾਰ ਹੈ ਸ਼ਹੀਦਾਂ ਦੀ ਮਨਾਉਣੀ। ਕਿਸੇ ਸਿਆਣੇ ਨੇ ਲਿਖਿਆ ਸ਼ਹੀਦੋਂ ਕੀ ਚਿਤਾਓ ਪੇ ਲੰਘੇਗੇ ਹੱਥ ਬਸ ਮੇਲੇ ਵਤਨ ਪੇ ਮਿਟਣੇ ਵਾਲੋ ਕਾ ਬਾਕੀ ਗਈ ਨਿਸ਼ਾਨ ਹੋਗਾ। ਇਤਿਹਾਸ ਦੇ ਪੰਨਿਆਂ ਵਿੱਚ ਉਹਨਾਂ ਦਾ ਨਾਂ ਲਿਖਿਆ ਗਿਆ, ਇਤਿਹਾਸ ਦੀਆਂ ਕਿਤਾਬਾਂ ਦੇ ਜਦੋਂ ਜਦੋਂ ਵਰਕੇ ਖੋਲੇ ਜਾਣਗੇ 1947 ਦੇ ਉਸ ਘੱਲੂਘਾਰੇ ਵਿੱਚ ਇਹਨਾਂ ਮਹਾਨ ਭਲੇਰ ਪਰਿਵਾਰ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਦੁਨੀਆ ਖਤਮ ਹੋ ਸਕਦੀ ਹੈ,
दुनियावी लोड़ां खत्म हो सकदियां पर इन शहीदां दियां जातां नहीं खत्म हो सकदियां। हर साल तुसीं सारे इकत्तर हो गए भेद भाव मिटा के होए इकत्तर मिलो मेरे भाई दुर्दा दूर करो ले लाए हर नामे की होवो जोड़ी गुरमुख बैसो सभा बिछाए एक सभा में बह के एक सलाह करके ਤੁਸੀਂ ਸਾਰੇ ਇਕੱਤਰ ਹੋ ਕੇ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਪ ਕੇ ਹੇਤ ਪੁਰਜਾ ਪੁਰਜਾ ਤੱਟ ਮਰੇ ਕਬੂ ਨਾ ਛਾਟੇ ਖੇਤ। ਦੁਸ਼ਮਣ ਨੇ ਇੰਤਹਾ ਕੀਤੀ ਮੁਗਲ ਹਕੂਮਤਾਂ ਉਸ ਵੇਲੇ ਦੇ ਮੁਗਲਾਂ ਨੇ ਮੁਸਲਮਾਨਾਂ ਨੇ ਇੰਤਹਾ ਕੀਤੀ ਧਾਈਆ ਕਰਦਿਆਂ ਇਹਨਾਂ ਨੂੰ ਪਕਾਉਣਾ ਕਿਵੇਂ ਆ ਤੇ ਇਹਨਾਂ ਦੀਆਂ ਧੀਆਂ ਭੈਣਾਂ ਬੱਚੀਆਂ ਦੀ ਇੱਜ਼ਤ ਕਿਵੇਂ ਰੋਲਣੀ ਹੈ। ਪਰ ਮੈਂ ਸਮਝਦਾ ਉਹ ਧੰਨ ਮਾਵਾਂ ਧੰਨ ਬਜ਼ੁਰਗ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਗੋਦਾਂ ਵਿੱਚ ਲੈ ਕੇ ਸ਼ਹੀਦੀ ਦੇ ਪ੍ਰਵਾਨ ਕਰਦੇ ਆਪਣੇ ਬੱਚਿਆਂ ਦੀ ਬੇਪਤੀ ਨਹੀਂ ਹੋਣ ਦਿੱਤੀ ਆਪਣੀ ਇੱਜ਼ਤ ਆਪ ਨੂੰ ਬਚਾਇਆ ਸ਼ਹੀਦੀਆਂ ਦੇ ਦਿੱਤੀਆਂ ਜਿਵੇਂ ਹੁਣੇ ਦੱਸ ਕੇ ਗਏ ਜਤਿੰਦਰ ਮਾਸਟਰ ਭਾਜੀ ਬਾਜਵਾ ਸਾਹਿਬ 400 ਤੋਂ ਵੱਧ ਸ਼ਹੀਦੀਆਂ ਉਦੋਂ ਹੋਈਆਂ ਛੋਟੀ ਗੱਲ ਨਹੀਂ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਪਰ ਜਿਹੜੀਆਂ ਅੰਸ਼ਾਂ ਵਰਸ਼ਾਂ ਉਹਨਾਂ ਸ਼ਹੀਦਾਂ ਦੀਆਂ ਰਹਿੰਦੀਆਂ ਉਹਨਾਂ ਨੂੰ ਵੀ ਲੋਕ ਪੂਜਦੇ ਰਹਿੰਦੇ ਨੇ ਸ਼ਹੀਦਾਂ ਨੂੰ ਤੇ ਨਮਸਕਾਰਾਂ ਕਰਦੀਆਂ ਹੀ ਨੇ ਸ਼ਹੀਦਾਂ ਤੇ ਲੋਕਾਂ ਪੂਜਣਾ ਹੀ ਹੈ ਜਿਹੜੇ ਪਰਿਵਾਰਾਂ ਵਿੱਚੋਂ ਸ਼ਹੀਦ ਹੋ ਜਾਂਦੇ ਨੇ ਉਹਨਾਂ ਪਰਿਵਾਰਾਂ ਨੂੰ ਵੀ ਲੋਕ ਪੂਜਦੇ ਨੇ ਉਹਨਾਂ ਦਾ ਵੀ ਸਤਿਕਾਰ ਕੀਤਾ ਜਾਂਦਾ। ਮੈਂ ਲੰਬੀਆਂ ਵਿਚਾਰਾਂ ਵਿੱਚ ਨਹੀਂ ਪੈਣਾ ਪਰ ਅੱਜ 77 ਸਾਲ ਬੀਤਣ ਤੋਂ ਬਾਅਦ ਵੀ ਅੱਜ 77ਵੀਂ ਯਾਦ ਉਹਨਾਂ ਸ਼ਹੀਦਾਂ ਦੀ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਪਾਇਆ ਬਾਣੀ ਦਾ ਜਾਪ ਹੋਇਆ ਔਰ ਇਤਿਹਾਸ ਦੀਆਂ ਗੱਲਾਂ 'ਚ ਭਾਈ ਪ੍ਰਤਾਪ ਸਿੰਘ ਜੀ ਬਹੁਤ ਕੁਝ ਕਹਿ ਕੇ ਗਏ ਨੇ ਕੁਝ ਕੁ ਵਾਜਬਾਤ ਕੰਨਾਂ 'ਚ ਪਈ ਲੇਟ ਆਏ ਆ ਕਿਉਂਕਿ ਸਾਡੇ ਸਤਿਕਾਰਯੋਗ ਜ਼ਿਆਦਾਤਰ ਸੱਜਣ ਸਿੰਘ ਜੀ ਬੱਜੂਮਾਨ ਸਾਹਿਬ ਉਹਨਾਂ ਦੀ ਬਰਸੀ ਸੀ ਉਹਨਾਂ ਦੀ ਧਰਮ ਪਤਨੀ ਦੀ ਅਤੇ ਉਹਨਾਂ ਦੋਵਾਂ ਦੀ ਇਕੱਠੀ ਉੱਥੇ ਸ਼ਾਮਲ ਹੋਣ ਲਈ ਗਏ ਸਨ। ਲੰਬੜਦਾਰ ਸਾਹਿਬ ਸਾਡੇ ਵੱਡੇ ਵੀਰ ਨੇ ਕੌਂਸਲਰ ਨੇ ਸ਼ਹਿਰ ਦੇ ਬਟਾਲੇ ਦੇ ਲੰਬੜਦਾਰ ਪਰਵਿੰਦਰ ਸਿੰਘ ਜੀ ਮੈਨੇਜਰ ਸਾਹਿਬ ਸਾਡੇ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਇਹ ਹੋਟੀਆਂ ਸਾਹਿਬ ਮੈਨੇਜਰ ਬਲਵੀਰ ਸਿੰਘ ਪ੍ਰਚਾਰ ਸਾਹਿਬ ਆਏ ਨੇ ਅਤੇ ਪ੍ਰਤਾਪ ਸਿੰਘ ਦੇ ਨਾਲ ਭਾਈ ਲਾਭ ਸਿੰਘ ਭਾਈ ਮਨਜੀਤ ਸਿੰਘ ਨੇ ਕੁਲੀਸ਼ਰੀ ਕਈ ਸ਼ੇਰ ਸਾਹਿਬ ਬਹੁਤ ਸਤਿਕਾਰ ਸ਼ਖਸੀਅਤ ਨੇ ਬਟਾਲੇ ਜੀ ਕਸਤੂਰੀ ਲਾਲ ਜੀ ਉਹ ਬਰੂਮੈਟਸ ਦੇ ਚੇਅਰਮੈਨ ਜੀ ਰਹੇ ਨੇ ਉਹਨਾਂ ਦਾ ਪ੍ਰਜੰਤ ਬੈਠਾ ਉਹਨਾਂ ਦੇ ਬੱਚੇ ਆਏ ਨੇ ਪਰਿਵਾਰ ਦੇ ਵਿੱਚ ਇਸ ਸਮੇਂ 'ਤੇ ਮਨ ਦੀ ਭਾਵਨਾ ਲੈ ਕੇ ਆਏ ਔਰ ਮੈਂ ਸਮਝਣਾ ਸ਼ੇਰ ਕਸਤੂਰੀ ਲਾਲ ਜੀ ਇੱਕ ਇਹੋ ਜਿਹੀ ਸ਼ਖਸੀਅਤ ਦੇ ਬਟਾਲੇ 'ਚ ਕੋਈ ਜੰਮਣ ਮਰਨ ਹੋਵੇ ਕਿਤੇ ਪਤਾ ਲੱਗ ਜਾਵੇ ਸਹੀ ਉਹਨਾਂ ਨੂੰ ਕਿਤੇ ਬੁਲਾਇਆ ਨਹੀਂ ਬੁਲਾਇਆ ਮੈਂ ਸਮਝਦਾ ਉਹਨਾਂ ਨੂੰ ਹਰ ਥਾਂ ਵੇਖਿਆ ਜਾ ਸਕਦਾ ਮੋਢੇ 'ਤੇ ਚਿੱਟਾ ਸਾਫਾ ਕੋਈ ਮੋਢੇ 'ਤੇ ਰੱਖ ਲੈਣਾ ਉਹ ਫਿਰ ਜਦੋਂ ਗੁਰਦੁਆਰਾ ਸਾਹਿਬ ਕਿਤੇ ਧਾਰਮਿਕ ਥਾਂ 'ਤੇ ਜਾਣਾ ਉਹਨਾਂ ਦਾ ਆਪਣਾ ਸਿਰ ਭੇਟ ਲੈਣਾ ਮੈਂ ਉਹਨਾਂ ਦਾ ਬੇਟਾ ਆਇਆ ਉਹਦੀ ਵਿਹਾਰੀ ਕਰਾਉਂਦਾ ਲੰਬੜਦਾਰ ਸਾਹਿਬ ਮੇਰੇ ਵੱਡੇ ਭਰਾ ਨੇ ਉਹਨਾਂ ਦੀ ਵਿਹਾਰੀ ਕਰਾਉਂਦਾ ਸੋ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ 'ਚ ਆਪਣਾ ਸੀਸ ਝੁਕਾਉਂਦੇ ਹਾਂ ਸੱਚੇ ਪਾਤਸ਼ਾਹ ਮਿਹਰ ਕਰੋ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਪਾਏ ਹੋਏ ਪੂਰਨੇ ਅਤੇ ਇਹ ਹੀ ਸਾਨੂੰ ਸਿਖਾਉਂਦੇ ਨੇ ਭਾਈ ਸਿੱਖੀ ਸੰਭਾਲ ਕੇ ਆਪਣਾ ਘਰ ਸੰਭਾਲ ਕੇ ਨਸ਼ਿਆਂ ਤੋਂ ਬਚੀਏ ਅੱਜ ਜਿਹੜਾ ਨਸ਼ਿਆਂ ਦਾ ਵਹਿਮ ਸਾਡੇ ਘਰਾਂ ਵੱਲ ਤੁਰਿਆ ਹੁੰਦਾ ਇਹਦੇ ਤੋਂ ਬਚਾਅ ਕਰਨ ਦਾ ਯਤਨ ਕਰੀਏ ਕਿ ਸਰਕਾਰ ਨੇ ਹੀ ਸਾਨੂੰ ਬਚਾਉਣਾ ਸਰਕਾਰ ਕੋਈ ਆ ਜਾਵੇ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਦਿਖਾਂ ਤਾਂ ਅੱਜ ਬਹੁਤ ਵੱਡਾ ਕਿ ਨਸ਼ਿਆਂ ਦਾ ਵਹਿਮ 10-10 ਸਾਲਾਂ ਦੇ ਨਿਆਣੇ ਵੀ ਵੇਚੀ ਜਾਂਦੇ ਆ 10-10 ਸਾਲਾਂ ਦੇ ਨਿਆਣੇ ਪਿੰਡਾਂ ਦੇ ਪਿੰਡ ਮੈਂ ਹੁਣੇ ਹਿਮਾਚਲ 'ਚ ਇੱਕ ਸਵੇਰੇ ਕਿਤੇ ਵਿਚਾਰ ਕੀਤੀ ਸੀ ਜ਼ਿਆਦਾ ਕੁਲਵੰਤ ਸਿੰਘ ਜੀ ਬੈਠੇ ਨੇ ਉਹ ਆਉਂਦੇ ਪਏ ਸਨ ਕਿ ਮੈਂ ਇੱਕ ਸਕੂਲ 'ਚ ਪੜ੍ਹਾਉਂਦਾ ਅਤੇ ਉੱਥੇ 10-12 ਸਾਲ ਵਾਲੇ ਬੱਚੇ ਜਿਹੜੇ ਉਹ ਉਸ ਵਹਿਣ ਵੱਲ ਤੁਰੇ ਕਿੱਥੇ ਬਚੇਗੀ ਸਿੱਖੀ ਕਦੀ ਮੁਗਲ ਹਕੂਮਤਾਂ ਨੇ ਸਾਨੂੰ ਮਾਰਨਾ ਕੀਤਾ ਕਦੀ ਦੇਸ਼ ਦੀਆਂ ਸਰਕਾਰਾਂ ਨੇ ਸਾਨੂੰ ਮਾਰਨਾ ਕੀਤਾ ਕਦੀ ਆਪਣਿਆਂ ਨੇ ਸਾਨੂੰ ਮਾਰਨਾ ਕੀਤਾ ਅਤੇ ਸਾਨੂੰ ਹੁਣ ਜਦੋਂ ਇਸ ਕੌਮ ਨੂੰ ਕੋਈ ਨਹੀਂ ਮਾਰ ਸਕਿਆ ਇਹ ਕੁਰਬਾਨੀਆਂ ਦੇ ਦੇ ਕੇ ਵੀ ਬਲਵਾਨ ਹੋਈ ਇਹਨੇ ਦੂਜੇ ਧਰਮਾਂ ਨੂੰ ਬਚਾਉਣ ਦਾ ਵੀ ਯਤਨ ਕੀਤਾ ਗੁਰਦੇਵ ਬਹਾਦਰ ਸਾਹਿਬ ਨੇ ਸ਼ਹਾਦਤ ਵੀ ਦਿੱਤੀ ਪਰ ਮੈਂ ਸਮਝਣਾ ਜੀ ਬਹੁਤ ਵੱਡਾ ਤੂਫਾਨ ਜਿਹੜਾ ਉਹ ਨਸ਼ਿਆਂ ਦਾ ਵਹਿਮ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਦੇ ਢਿੱਡ ਵਿੱਚ ਵਾਲਿਆ ਜਾ ਰਿਹਾ ਉਸ ਜ਼ਹਿਰ ਤੋਂ ਬਚਣ ਦੀ ਲੋੜ ਆ ਬਾਕੀ ਸਭ ਕੁਝ ਬਚ ਜਾਵੇ ਜੇ ਇਸ ਜ਼ਹਿਰ ਨੂੰ ਕਿਸੇ ਸਾਡੇ ਬੱਚੇ ਦਾ ਔਲਾਦ ਦਾ ਮੂੰਹ ਨੂੰ ਸਵਾਦ ਲੱਗ ਗਿਆ ਉਹ ਨਹੀਂ ਬਚ ਸਕਦਾ
तो दूजी मेरी बेनती है, मेरी आवाज शहर जाती हो कोई इतों बैठा भी जरा सुना दे दे जे बेचण वाले उन्होंने रब का खौफ खाना चाहिए, उन्होंने डर रब का यह मन चो भुलेखा कढ़न। अं बेच रहे हैं तो सू कोई नहीं देता, अं बेच रहे हैं तो लोगों के पुत्र मरने पेने नहीं। वड्डी वड्डी अफसरशाही, वड्डे वड्डे पुलिस मुलाजम, वड्डे वड्डे महकमे के अफसर जिन्हों का एक एक बच्चा तो अब नशिया के नाल जवानी अपनी बर्बाद करके दुनिया तो तुर गया, पर अजे भी उस माया को कट्ठे करने के लगे ने। शायद ये माया साढ़े नाल तुर जाएगी, पुत्र तो तुर गया माया ने ना जाना। इस महाराज का खौफ खाइए, इस रब का खौफ खाइए। चोरी करके घरद्या को लुका सकते, आले दुआले को लुका सकते, माड़ा काम करके आंढ गुआंढ किसी समाज के लोगों को लुका सकते हैं। दो नंबर की हराम की कमाई खड़ के अपनी घरवाली को अपने बच्चों को लुका सकते हैं। दसते नहीं, मैं चाहता तलवंत सिंह को रिश्वत लै ली, मैं लंबड़दार हो रहा लै ली, मैं सेठ हो रहा लै ली, पर परमात्मा बिंदा हर थान मौजूद आ। वो देखूगा, देख के साडा हिसाब किताब लिखूगा, उसकी सजा भी सानू जरूर देगा जे एक कर्म का हक। मत भुलेखा हो नशा वेचण वाले ये समझ कि मैं गुआढ़ी के घर अग लाई वह पुत भरू, मेरे घर में अग नहीं आनी, वो घर में भी सेक आना है, तो फिर भुब्बा निकलन गिया। वो इस परमात्मा को डर के नशे छड के होर कोई काम कर लैन, लोगों के घर परिवार होने तो बचन। उन्होंने महान शहीदों की कुर्बानी, उन्होंने महान शहीदों को सिजदा ही यह आ आप सही रस्ते चल के जिस धर्म को मनने वाला कोई मंदिरे जाता, कोई मसीते जाता, कोई चर्च जाता है, कोई मुसलमान है, कोई ईसाई है, कोई सिख है, कोई हिंदू है, अपने धर्म को अकीदत करके विश्वास करके मन लवे। सो मैं सारी संगत का भी जिते धनवाद करता, गुरु के चरणों में नमस्कार करता, उन्होंने महान शहीदों को याद करदा। हाजी होना हो ही भुल की माफी। वाहेगुरु जी का खालसा, वाहेगुरु जी।